गुड मॉर्निंग नमस्कार सारिआं दा इस वीडियो दे विच स्वागत है क्लास 8th मैथमेटिक्स एक्सरसाइज 2.3 असी 2.2 तक कंप्लीट कर चुके हैं असी इक्वेशन जड़ी अज दीआं इक्वेशनस ने ओ उहनां नूं सॉल्व करांगे सॉल्व द फॉलोइंग इक्वेशनस एंड चैक योर रिजल्ट्स असी उहदे रिजल्ट भी चैक कर रहे हां असी जिवें तुसीं स्क्रीन ते देख रहे हो पहला सवाल 3x is equal to 2x plus 18 ਇਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਜਿਹੜੀਆਂ x ਵਾਲੀਆਂ ਰਕਮਾਂ ਨੇ ਜਿਹਨੂੰ ਅਸੀਂ ਵੇਰੀਏਬਲਸ ਕਹਿੰਦੇ ਹਾਂ ਉਹਨਾਂ ਨੂੰ ਅਸੀਂ ਇੱਕ ਸਾਈਡ ਤੇ ਕਰ ਲੈਣਾ ਜਿਸ ਤਰ੍ਹਾਂ ਅਸੀਂ 2x ਨੂੰ ਚੁੱਕ ਕੇ ਅਸੀਂ ਇਸ ਸਾਈਡ ਤੇ ਲੈਣ ਦਾ ਮਾਈਨਸ ਕਰ ਦਿੱਤਾ ਇਸ ਪਾਸੇ ਲਿਆ ਕੇ ਤੇ ਇਸ ਪਾਸੇ 18 ਹੀ ਰਹਿ ਗਿਆ ਔਰ ਤਿੰਨਾਂ ਦੇ ਵਿੱਚੋਂ ਦੋ ਕੱਢੇ ਸਿੱਧਾ ਹੀ ਆ ਗਿਆ 1x x ਦਾ ਮੁੱਲ 18 ਆ ਗਿਆ ਵੈਰੀ ਸਿੰਪਲ ਬੱਚਿਓ ਤੁਸੀਂ ਇਹਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਣਾ ਹੈ ਵੀ ਇਹ ਜਿਹੜਾ ਇਕੁਅਲ ਦਾ ਨਿਸ਼ਾਨ ਆਣਾ ਇਹਨੂੰ ਹੇਠ ਪਾਈ ਜਾਣਾ ਇਕੁਅਲ ਦੇ ਥੱਲੇ ਇਕੁਅਲ ਪਾਉਣਾ ਹੈ ਉਹਦੇ ਨਾਲ ਸਾਡੇ ਜਿਹੜੇ ਸਵਾਲ ਨੂੰ ਗਲਤ ਦੇ ਚਾਂਸਿਸ ਨੇ ਉਹ ਘੱਟ ਜਾਂਦੇ ਨੇ ਹੁਣ ਅਸੀਂ ਸਵਾਲ ਨੂੰ ਚੈੱਕ ਕਰਾਂਗੇ ਕਿ ਕੀ 18 ਜਿਹੜਾ ਹੈ ਉਹ ਇਸ ਸਮੀਕਰਨ ਨੂੰ ਇਹਦਾ ਹੱਲ ਹੈ ਜਾਂ ਨਹੀਂ ਹੈ ਅਸੀਂ ਖੱਬਾ ਪਾਸਾ ਲੈ ਲਿਆ 3x 3 ਗੁਣਾ 18 18 ਨੂੰ 3 ਨਾਲ ਗੁਣਾ ਕੀਤਾ ਤਾਂ ਸਾਡੇ ਕੋਲ ਕਿੰਨਾ ਆ ਗਿਆ 54 ਆ ਗਿਆ ਇਸ ਸਾਈਡ 'ਤੇ ਆ ਜਾਓ ਰਾਈਟ ਹੈਂਡ ਸਾਈਡ ਲੈ ਲਈ ਅਸੀਂ 2x ਪਲੱਸ 18 ਅਤੇ 2 ਨੂੰ 18 ਨਾਲ ਗੁਣਾ ਕੀਤਾ 36 ਆ ਗਿਆ ਪਲੱਸ 18 ਇਹਦੇ ਵਿੱਚ ਜੋੜੇ ਅਤੇ 54 ਆ ਗਿਆ ਦੋਨੋਂ ਸਾਈਡਾਂ 'ਤੇ 54 ਆ ਗਿਆ ਖੱਬਾ ਪਾਸਾ ਵੀ 54 ਸੱਜਾ ਪਾਸਾ ਵੀ 54 ਇਹਦਾ ਮਤਲਬ ਹੋ ਗਿਆ ਕਿ ਸਾਡਾ ਜਿਹੜਾ ਸਵਾਲ ਹੈ ਉਹ ਬਿਲਕੁਲ ਸਹੀ ਹੈ ਅਸੀਂ ਨਾਲ ਨਾਲ ਚੈੱਕ ਵੀ ਕਰਦੇ ਜਾਵਾਂਗੇ ਦੂਸਰਾ ਹੈ 5t ਮਾਈਨਸ 3 ਬਰਾਬਰ ਹੈ 3t ਮਾਈਨਸ 5 ਅਸੀਂ ਕੀ ਕਰਨਾ ਹੈ ਟੀ ਵਾਲੀ ਰਕਮ ਜਿਹੜੀ ਹੈ ਵੇਰੀਏਬਲਸ ਨੂੰ ਇਸ ਪਾਸੇ ਲੈਣਾ ਹੈ 3 ਜਿਹੜਾ ਹੈ ਕੋਨਸਟੈਂਟ ਹੈ ਦੂਜੇ ਪਾਸੇ ਲੈ ਜਾਣਾ ਬਰਾਬਰ ਦੇ ਥੱਲੇ ਬਰਾਬਰ ਦੇਖੋ ਆ ਰਿਹਾ 5 ਦਾ 5t ਆ ਗਿਆ 3t ਇਸ ਇੱਧਰ ਆ ਗਿਆ ਮਾਈਨਸ 3t ਹੋ ਗਿਆ ਇਹ ਜਿਹੜਾ 3t ਹੈ ਉਸ ਪਾਸੇ ਜਾ ਕੇ ਪਲੱਸ ਦਾ ਹੋ ਜਾਏਗਾ ਅਤੇ ਇਹ ਜਿਹੜਾ 5 ਹੈ ਉਹ ਉਸੇ ਤਰ੍ਹਾਂ ਮਾਈਨਸ 5 ਹੀ ਰਹੇਗਾ ਇਹਨਾਂ ਨੂੰ ਸੋਲਵ ਕੀਤਾ 5 ਵਿੱਚੋਂ 3 ਕੱਢੇ 2t ਆ ਗਿਆ ਅਤੇ ਇਸ ਪਾਸੇ 5 ਵਿੱਚੋਂ 3 ਕੱਢੇ 2 ਆ ਗਿਆ ਨਿਸ਼ਾਨ ਮਾਈਨਸ ਦਾ ਆ ਗਿਆ 2/2 ਆ ਗਿਆ ਕੱਟ ਕੇ ਜਵਾਬ ਮਾਈਨਸ 1 ਆ ਗਿਆ ਹੁਣ ਅਸੀਂ ਇਹਨੂੰ ਚੈੱਕ ਕਰਨਾ ਕਿ ਸਾਡਾ ਜਿਹੜਾ ਆਨਸਰ ਮਾਈਨਸ 1 ਆਇਆ ਉਹ ਠੀਕ ਹੈ ਜਾਂ ਨਹੀਂ ਹੈ ਦੇਖੋ ਖੱਬਾ ਪਾਸਾ ਅਸੀਂ ਲੈ ਲਿਆ 5t ਮਾਈਨਸ 3 ਇਹ ਦੇਖੋ ਖੱਬਾ ਪਾਸਾ ਲੈ ਲਿਆ 5t ਮਾਈਨਸ 3 ਟੀ ਦੀ ਜਗ੍ਹਾ ਦੇ ਉੱਤੇ ਮਾਈਨਸ 1 ਭਰ ਦੇਣਾ ਟੀ 5 ਨਾਲ ਮਲਟੀਪਲਾਈ ਹੋ ਰਿਹਾ ਹੁੰਦਾ 5 ਮਾਈਨਸ 1 ਜਦੋਂ ਮਲਟੀਪਲਾਈ ਹੋਇਆ ਤਾਂ ਮਾਈਨਸ 5 ਹੀ ਬਣ ਗਿਆ ਮਾਈਨਸ 3 ਇਹ ਆ ਗਿਆ ਜਵਾਬ ਮਾਈਨਸ 8 ਆ ਗਿਆ ਹੁਣ ਅਸੀਂ ਇਸ ਪਾਸੇ ਦੇਖੀਏ ਰਾਈਟ ਹੈਂਡ ਸਾਈਡ ਦੇ ਉੱਤੇ ਕਿ 3t ਮਾਈਨਸ 5 3 ਨੂੰ ਜਦੋਂ ਗੁਣਾ ਕੀਤਾ ਸੀ ਮਾਈਨਸ 1 ਦੇ ਨਾਲ ਅਤੇ ਮਾਈਨਸ 3 ਆ ਗਿਆ 5 ਪਹਿਲਾਂ ਹੀ ਸੀ ਮਾਈਨਸ ਦਾ ਜਵਾਬ ਮਾਈਨਸ 8 ਆ ਗਿਆ ਇਹ ਤਾਂ ਮਤਲਬ ਕਿ ਦੋਨੋਂ ਸਾਈਡਾਂ ਸਾਡੀਆਂ ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਸਾਡੀ ਇਕੁਅਲ ਆ ਗਈ ਤੀਸਰਾ ਸਵਾਲ ਹੈ 5x ਜਮ੍ਹਾਂ 9 ਬਰਾਬਰ ਹੈ 5 ਜਮ੍ਹਾਂ 3x ਟਰਾਈ ਇਟ ਯੋਰ ਸੈਲਫ ਇਹ ਤੁਸੀਂ ਆਪ ਕਰਨਾ ਹੈ ਇਹਨੂੰ 3 ਨੂੰ ਇਸ ਪਾਸੇ ਲੈ ਜਾਣਾ ਹੈ ਇਹਨੂੰ 9 ਨੂੰ ਇਸ ਪਾਸੇ ਆ ਜਾਣਾ ਹੈ ਉਹਦੇ ਬਾਅਦ ਮੈਂ ਦੱਸ ਦਿਆਂ ਕਿ ਇਹਦਾ ਜਿਹੜਾ ਆਨਸਰ ਹੈ ਮਾਈਨਸ 2 ਆਉਣਾ ਹੈ ਇਹਨੂੰ ਵੀ ਅਸੀਂ ਚੈੱਕ ਕਰਨਾ ਹੈ ਇਸ ਪਾਸੇ ਵੀ ਮਾਈਨਸ 2 ਭਰ ਕੇ ਦੇਖਣਾ ਹੈ ਅਤੇ ਦੂਜੇ ਪਾਸੇ ਵੀ ਮਾਈਨਸ 2 ਭਰ ਕੇ ਦੇਖਣਾ ਹੈ ਕਿ ਜਵਾਬ ਦੋਨਾਂ ਵਾਰੀ ਬਰਾਬਰ ਆਉਂਦਾ ਜੇ ਤਾਂ ਬਰਾਬਰ ਆ ਗਿਆ ਇਟ ਮੀਨਸ ਤੁਹਾਡਾ ਸਵਾਲ ਠੀਕ ਹੈ ਸਿਮੀਲਰਲੀ ਅਸੀਂ ਸਵਾਲ ਜਿਹੜਾ ਹੈ ਚੌਥਾ ਹੈ ਉਹ ਵੀ ਅਸੀਂ ਆਪ ਹੀ ਕਰਨਾ ਹੈ 4z ਪਲੱਸ 3 6 ਪਲੱਸ 2z 2z ਨੂੰ ਇੱਧਰ ਲੈਣਾ ਹੈ 3 ਨੂੰ ਦੂਜੇ ਪਾਸੇ ਲੈ ਜਾਣਾ ਜਵਾਬ ਜਿਹੜਾ ਹੈ 3/2 ਆਉਣਾ ਇਹਨੂੰ ਚੈੱਕ ਵੀ ਕਰਨਾ ਸੀ ਸਿਮੀਲਰਲੀ ਪੰਜਵਾਂ ਸਵਾਲ ਵੀ ਈਜ਼ੀ ਹੈ ਇਸ ਕਰਕੇ ਨਹੀਂ ਮੈਂ ਕੀਤਾ ਇਹਨੂੰ ਤੁਸੀਂ ਸਾਰਿਆਂ ਨੇ ਆਪ ਹੀ ਕਰਨਾ ਹੈ ਛੇਵਾਂ ਸਵਾਲ ਥੋੜ੍ਹਾ ਜਿਹਾ ਵੱਖਰਾ ਸੀ ਇਸ ਕਰਕੇ ਮੈਂ ਇਹਨਾਂ ਨੂੰ ਕਰ ਰਿਹਾ 8x ਜਮ੍ਹਾਂ 4 ਬਰਾਬਰ 3 ਬ੍ਰੈਕਟ x ਮਾਈਨਸ 1 ਬ੍ਰੈਕਟ ਬੰਦ ਪਲੱਸ 7 ਅਸੀਂ ਇਹਨੂੰ ਅਜੇ ਬਿਲਕੁਲ ਨਹੀਂ ਛੇੜ ਰਹੇ ਇਹਨੂੰ ਪਹਿਲਾਂ ਮਲਟੀਪਲਾਈ ਕਰੋ 3 ਨੂੰ ਅੰਦਰ ਇਹ 3x ਬਣ ਗਿਆ ਇਹ 3x3 ਬਣ ਗਿਆ ਜਦੋਂ ਅੰਦਰ ਮਲਟੀਪਲਾਈ ਕੀਤਾ ਅਤੇ ਇਹਨੂੰ 4 ਅਤੇ 3 ਨੂੰ ਅਸੀਂ ਸਾਡਾ ਜਵਾਬ ਕੀ ਆ ਗਿਆ 4 ਪਲੱਸ ਦਾ 7 ਵਿੱਚੋਂ 3 ਕੱਢੇ 4 ਇਸ 3 ਨੂੰ ਅਸੀਂ ਹੁਣ ਦੂਜੇ ਪਾਸੇ ਲੈ ਕੇ ਜਾਣਾ ਇਸ 4 ਨੂੰ ਇਸ ਪਾਸੇ ਲੈ ਜਾਣਾ ਜਵਾਬ 0 ਆ ਗਿਆ 0 ਦੇ ਵੱਡੇ 'ਚ 5 ਆ ਗਿਆ ਅਤੇ 0 ਦੇ ਵੱਡੇ 'ਚ ਭਾਵੇਂ 5 ਆ ਜਾਵੇ ਭਾਵੇਂ ਜਿੰਨਾ ਮਰਜ਼ੀ ਆ ਜਾਵੇ ਜਵਾਬ ਉਹਦਾ 0 ਹੀ ਰਹਿੰਦਾ ਚੈੱਕ ਕਰਨ ਲੱਗੇ ਇਹਨੂੰ 0 ਇਹਦੇ ਵਿੱਚ ਭਰਿਆ 0 ਬਣ ਗਿਆ 4 ਜਮ੍ਹਾਂ ਦਾ ਸੀ ਜਵਾਬ ਵੀ 4 ਆ ਗਿਆ ਸਿਮੀਲਰਲੀ ਇੱਥੇ 0 ਭਰਿਆ
माइनस तीन आ गया, घटा के सत्तां विचों तीन कट के जवाब ये चार आ गया, मतलब ये भी थोड़ा सवाल ठीक है। लैफ्ट हैंड साइड तो राइट हैंड साइड इक्वल हो गई। सतवें सवाल दे विच की है, एक्स इज इक्वल टू चार बटा पंच ब्रैकेट एक्स जमा दस। ए थोड़ा जहा डिफरेंट सी सवाल, मैं इस करके थोड़ा इनू कोशिश की ठीक करने की, इस पंज नूं क्योंकि इस पासे डिवाइड हो रहा पंज, इस पंज नूं दूजे पासे मल्टीप्लाई कर दिओ, पंज एक्स बराबर है इस चार नूं अंदर गुणा कर दिओ, साडा समीकरण साडी बन गई पंज एक्स इज इक्वल टू फोर एक्स प्लस चाली। ये सिंपल इक्वेशन बन गई है, इनू असीं हुण आप ही सॉल्व कर सकते हैं और मैं इसे करके की नहीं है, सिंपल है सौखा है, इहदा आंसर चाली आना है और इनू चैक भी असीं करना। अठवां सवाल, दो बटा तीन एक्स जमा एक बराबर है सत्त एक्स बटा पंद्रह। सत्त बटा पंद्रह एक्स होए तो भी उही गल है, सत्त एक्स बटा पंद्रह होए तो भी उही गल है प्लस तीन। जो दो बटा तीन एक्स माइनस इनू इस चुके इस पास लैंदा, एक दूजे पास लै गए, जिस जिन्हें बच्चों जी बटे वाली संख्यावान का जोड़ घटाओ नहीं आता, वह ध्यान करना जरा कि इन्हों दो एलसीएम लिया असी पंद्रह, एलसीएम दो बटा तीन नाल असी मल्टीप्लाई जो करते हैं तो तीन दे नाल पंद्रह कट्टे जाता है पाँच, पाँच दूनी दस, जवाब दस आ गया, माइनस सत्त आ गया तो बराबर किन्ना आ गया तिना विच कटे दो, इनू कट के एक बटा पाँच एक्स आ गया बराबर दो, पाँच दूजे पास मल्टीप्लाई हो गया जवाब आ गया दस। हुण असीं चैक करना इस पास भी दस भरना इस पास भी दस भरना, इतने दस भरिया दस नाल दस दूना भी, भी बटा तीन आ गया प्लस एक, इनू सॉल्व किया तेई बटा तीन आ गया। सिमिलरली इस एक्स की जगह पर दस लिखांगे, इनू कटिया गया सात दूनी चौदह बटा तीन आ गया और दोनों वारिया के तेई बटा तीन जवाब आ रहा, इट मीनस साडा सवाल जोड़ा है ठीक है। नौवां सवाल जोड़ा है वह भी अठवें दे वर्ग ही है, इस करके मैं इनू किया नहीं है, यह तुम आप करना, यदा जवाब सत्त बटा तीन आना है। दसवां सवाल भी उस तरह तुम आप करना है, आंसर यदा चार बटा पाँच आना। मैं स्टेटमेंट्स तुहानू तां लिख के दित्ती ना क्योंकि कई बच्चों को बुक्स नहीं है गियां, ते इस करके वो बच्चे जिहड़े ने उन्होंने मुश्किल पेश आएगी। पूरी दी पूरी एक्सरसाइज असी कंप्लीट कर ली है, ये एक्सरसाइज जिहड़ी है 2.3 असी सारिया ने अपनी कापियां दे विच लिख लेनी है, ते अगर किसी सवाल की इन्हां दे विचों फिर भी समझ नहीं आती ते तुसी मैनू वट्सएप कर सकते हो, मैनू जां फोन करके कर लियो क्लीयर, ते आपां अगले वीडियो वास्ते तद तक लई नमस्कार, हैव ए नाइस डे।